ਅਗਾ ਤੇ ਤੁਹਾਡਾ ਫੂਡ ਨੈਚਰ ਟ੍ਰੈਵਲ ਦੇ ਵਿੱਚ ਰਾਬਾ ਉੱਤਪਮ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਉੜਦੇ ਦੀ ਦਾਲ ਤੇ ਚੋਲਾ ਨੂੰ ਇਕੱਠੇ ਭੇਲਣਾ ਹੈ ਇੱਕ ਰਾਤ ਭੋਗ ਕੇ ਰੱਖਣਾ ਸਵੇਰੇ ਉੱਠ ਕੇ ਇਹਨੂੰ ਮਿਕਸੀ ਵਿੱਚ ਤੁਸੀਂ ਚੰਗੀ ਤਰ੍ਹਾਂ ਗ੍ਰाइंड ਕਰ ਲੈਣਾ ਇਦਾਂ ਦੀ ਥਿੱਕ ਪੇਸਟ ਬਣ ਜਾਏਗੀ ਇਹਦੇ ਵਿੱਚ ਇੱਕ ਚਮਚ ਨਮਕ ਜੀਰਾ ਪਾウダー ਵਗੈਰਾ ਐਡ ਕਰ ਲੈਣਾ ਉਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਥੋੜਾ ਜਿਹਾ ਆਪਾਂ ਪਤਲਾ ਕਰਾਂਗੇ ਪਤਲਾ ਜਿਹਾ ਵੈਟਰ ਬਣਾ ਲਾਂਗੇ ਇਹਦਾ ਉਸ ਤੋਂ ਬਾਅਦ ਇੱਕ ਕੜਚੀ ਭਰਾਂਗੇ ਤਵੇ ਤੇ ਪਾਵਾਂਗੇ ਤਵੇ ਤੇ ਇਹਨੂੰ ਚੰਗੀ ਤਰ੍ਹਾਂ ਫਲਾ ਲਾਂਗੇ ਅਸੀਂ ਰਾਬਾ ਉੱਤਪਾ ਬਣਾਉਣ ਲੱਗੇ ਤਾਂ ਥੋੜੀ ਪਰਤ ਇਦੇ ਵਿੱਚ ਤੁਸੀਂ ਪਿਆਜ਼, ਟਮਾਟਰ, ਧਨੀਆ, ਮਿਰਚ, ਬਾਕੀ ਸਬਜ਼ੀਆਂ ਤੁਸੀਂ ਆਪਣੇ ਹਿਸਾਬ ਨਾਲ ਐਡ ਕਰ ਸਕਦੇ ਹੋ। ਤੁਸੀਂ ਗਾਜਰ ਵਗੈਰਾ ਐਡ ਕਰਨੀ ਚਾਹੋ ਤਾਂ ਕਰ ਸਕਦੇ ਆ। ਬੁਲਬਲੇ ਆਣ ਲੱਗ ਪਏ ਨੇ ਤੇ ਹੁਣ ਥਾਡਾ ਇੱਕ ਸਾਈਡ ਤੋਂ ਪੱਕ ਚੁੱਕਾ ਹੈ। ਹੁਣ ਅਸੀਂ ਇਸ ਦੀ ਸਾਈਡ ਚੇਂਜ ਕਰਾਂਗੇ। ਇਹਦੇ ਨੀਚੇ ਤੁਸੀਂ ਚਾਕੂ ਦੇ ਨਾਲ ਪੱਟ ਲਓ ਜਾਂ ਕਿਸੇ ਕਟਛੀ ਦੇ ਨਾਲ ਪੱਟ ਲਓ। ਕਟਛੀ ਦੇ ਨਾਲ ਨਹੀਂ ਕੋਈ ਸਿੱਧਾ ਜਿਹਾ ਜਿਹੜਾ ਹੁੰਦਾ ਉਹਦੇ ਨਾਲ ਤੁਸੀਂ ਪੱਟ ਸਕਦੇ ਆ। ਚੈੱਕ ਕਰ ਸਕਦੇ ਹੋ। ਦੋਨੋਂ ਸਾਈਡ ਤੋਂ ਕੁੱਕ ਕਰ ਲਿਆ ਸੀ। ਹੁਣ ਅਸੀਂ ਇਹਨੂੰ ਸਰਵ ਕਰਾਂਗੇ ਗ੍ਰੀਨ ਚਟਨੀ ਦੇ ਨਾਲ। ਗ੍ਰੀਨ ਚੜ੍ਹਨੇ ਜੇ ਮੈਂ ਡਿਜ਼ਾਈਨ ਪਾਣ ਲਈ ਹੱਥ ਪੈਰ ਜੇ ਮਾਰ ਦਿੱਤੇ ਆ ਤੁਸੀਂ ਆਪਣੇ ਹਿਸਾਬ ਨਾਲ ਡਿਜ਼ਾਈਨ ਪਾ ਸਕਦੇ ਆ ਚੈੱਕ ਕਰ ਲਓ